ਤੇ ਸੁਹਾਵਣਾ ਸਮਾਂ ਇਹ ਹੈ ਜਦੋਂ ਗੁਰੂ ਕਾ ਸਿੱਖ ਭਾਵਨਾ ਦੇ ਨਾਲ ਆਪਣੇ ਸਤਿਗੁਰੂ ਦੀ ਗੋਦ ਅੰਦਰ ਬੈਠਦਾ ਹੈ, ਪਿਆਰ ਨਾਲ ਗੁਰੂ ਕੀ ਬਾਣੀ ਪੜ੍ਹਦਾ ਹੈ, ਗੁਰੂ ਕੀ ਬਾਣੀ ਸੁਣਦਾ ਹੈ। ਆਪ ਸਾਰਿਆਂ ਨੂੰ ਬਿਰਤ ਹੈ ਕਿ ਅੱਜ ਧੰਨ ਸ਼੍ਰੀ ਗ੍ਰੰਥ ਸਾਹਿਬ ਜੀ ਇਹਨਾਂ ਦੇ ਪਹਿਲੇ ਪ੍ਰਕਾਸ਼ ਉਤਸਵ ਨੂੰ ਮੁੱਖ ਰੱਖਦਿਆਂ ਹੋਇਆ, ਜੋ ਪਰਸੋਂ ਰੋਜ਼ ਤੋਂ ਗੁਰੂ ਕੀ ਪਾਵਨ ਬਾਣੀ ਦਾ ਸ਼੍ਰੀ ਖੰਡ ਜਾਪ ਆਰੰਭ ਹੋਇਆ ਸੀ, ਸਤਿਗੁਰੂ ਦੀ ਰਹਿਮ ਸਦਕਾ ਭੋਗ ਪਏ ਨੇ, ਉਪਰੰਤ ਦੀਵਾਨ ਸਜੇ ਨੇ। ਅਸੀਂ ਵੱਡੇ ਭਾਗਾਂ ਵਾਲੇ ਹਾਂ ਜਿਨ੍ਹਾਂ 'ਤੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕਰਕੇ ਇਹ ਬਾਣੀ ਦਾ ਮਹਾਨ ਖਜ਼ਾਨਾ ਸਾਨੂੰ ਬਖਸ਼ਿਸ਼ ਕੀਤਾ ਹੈ। ਔਰ ਇਸ ਗੁਰੂ ਕੀ ਪਾਵਨ ਬਾਣੀ ਦੀ ਮਹਾਨਤਾ ਆਪ ਜੀ ਨੇ ਗੁਰੂ ਕੀ ਪਾਵਨ ਬਾਣੀ ਦੇ ਕੀਰਤਨ ਰਾਹੀਂ ਸਰਵਣ ਕੀਤੀ ਹੈ। ਸੰਸਾਰ ਵਿੱਚ ਇੱਕ ਨਹੀਂ ਬਹੁਤ ਸਾਰੇ ਧਰਮ ਨੇ, ਪਰ ਸੱਚੀ ਬਾਤ ਇਹ ਹੈ ਕਿ ਕਿਸੇ ਵੀ ਧਰਮ ਦੇ ਜਿਹੜੇ ਪੈਰੋਕਾਰ ਨੇ ਉਹਨਾਂ ਦੀ ਆਪਣੀ ਰਚਨਾ ਉਚਾਰਨ ਹੋਇਆ ਕੋਈ ਪਾਵਨ ਗ੍ਰੰਥ ਨਹੀਂ ਹੈ। ਜੇਕਰ ਹੈ ਤਾਂ ਉਹ ਗੁਰੂ ਜਿਸ ਗੁਰੂ ਦੀ ਗੋਦ ਵਿੱਚ ਆਪ ਜੁੜ ਬੈਠੇ। ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ, ਬੁੱਧ ਧਰਮ ਬਹੁਤ ਪੁਰਾਣਾ ਧਰਮ ਹੈ, ਪਰ ਬੁੱਧ ਦੇ ਜਿਹੜੇ ਉਪਦੇਸ਼ ਨੇ ਉਹ ਬੁੱਧ ਨੇ ਆਪ ਨਹੀਂ ਲਿਖੇ, ਉਹਨਾਂ ਦੇ ਜਾਣ ਤੋਂ 150 ਸਾਲ ਬਾਅਦ ਬੁੱਧ ਦੇ ਭਿਕਸ਼ੂਆਂ ਵੱਲੋਂ ਉਹ ਉਪਦੇਸ਼ ਲਿਖੇ ਗਏ। ਈਸਾ ਦੀ ਅਜੀਬ ਈਸਾ ਦੇ ਜਾਣ ਤੋਂ 60 ਸਾਲ ਬਾਅਦ ਲਿਖੀ ਗਈ। ਕੁਰਾਨ ਸ਼ਰੀਫ ਹਜ਼ਰਤ ਮੁਹੰਮਦ ਸਾਹਿਬ ਦੇ ਜਾਣ ਤੋਂ 30 ਸਾਲ ਬਾਅਦ ਲਿਖਿਆ ਗਿਆ। ਪਰ ਅਸੀਂ ਖੁਸ਼ਕਿਸਮਤ ਹਾਂ, ਧੰਨ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਜੇਕਰ ਅਸੀਂ ਪੜ੍ਹਦੇ ਹਾਂ ਤਾਂ ਇਹ ਨਹੀਂ ਕਿ ਉਹਨਾਂ ਦੇ ਸਰੀਰਕ ਤੌਰ 'ਤੇ ਜਾਣ ਤੋਂ ਬਾਅਦ ਉਹਨਾਂ ਦੇ ਚੇਲਿਆਂ ਵੱਲੋਂ ਜਾਂ ਧੰਨ ਗੁਰੂ ਅੰਗਦ ਸਾਹਿਬ ਵੱਲੋਂ ਲਿਖੀ ਗਈ। ਸਤਿਗੁਰੂ ਪਾਤਸ਼ਾਹ ਜੀ ਆਪਣੀ ਬਾਣੀ ਆਪ ਲਿਖ ਕੇ ਸਾਨੂੰ ਦੇ ਕੇ ਗਏ। ਇਸ ਤਰ੍ਹਾਂ ਬਾਣੀ ਦਾ ਮਹਾਨ ਖਜ਼ਾਨਾ ਜੋ ਸਾਨੂੰ ਪ੍ਰਾਪਤ ਹੋਇਆ ਗੁਰੂ ਸਾਹਿਬਾਂ ਦੀ ਰਚਨਾ ਤੋਂ ਉਚਾਰਨ ਹੋਇਆ ਹੈ। ਔਰ ਨਾਲ ਇਹ ਖੁਸ਼ਕਿਸਮਤੀ ਹੈ ਕਿ ਬੜੇ ਬੜੇ ਵਿਦਵਾਨ ਲੋਕ ਉਹਨਾਂ ਨੇ ਦੂਜੇ ਧਰਮਾਂ ਦੀਆਂ ਧਾਰਮਿਕ ਪੁਸਤਕਾਂ 'ਤੇ ਕ੍ਰਿਟੀਸਾਈਜ਼ ਕੀਤਾ, ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਐਸੀ ਹੈ ਜਿਹਦੇ 'ਤੇ ਅੱਜ ਤੱਕ ਦੁਨੀਆ ਦਾ ਕੋਈ ਵੀ ਜਿਹੜਾ ਮਨੁੱਖ ਜਾਂ ਫਿਲਾਸਫਰ ਨੁਕਤਾਚੀਨੀ ਨਹੀਂ ਕਰ ਸਕਿਆ। ਸੈਂਟੀਫਿਕ ਬਾਣੀ ਹੈ, ਅਸੀਂ ਵੱਡੇ ਭਾਗਾਂ ਵਾਲੇ ਹਾਂ। ਸਾਡੇ ਕੋਲ ਬਹੁਤ ਇਸਤਕਾਰਯੋਗ ਵੀਰ ਗੁਰਦੀਪ ਸਿੰਘ ਜੀ ਭਾਈ ਸਾਹਿਬ ਇਹ ਪਹੁੰਚੇ ਨੇ, ਔਰ ਸਤਿਗੁਰੂ ਦੀ ਰਹਿਮਤ ਹੈ ਆਪਾਂ ਇਹਨਾਂ ਤੋਂ ਇਸ ਬਾਣੀ ਦੀ ਮਹਾਨਤਾ ਉਹ ਵੀ ਸਰਵਣ ਕਰਨੀ ਹੈ। ਦਸ ਜਿਆਂ ਦਾ ਇਤਨਾ ਸਮਾਂ ਆਪ ਜੀ ਨੇ ਪ੍ਰਵਾਨ ਕਰਨਾ।